तेरी भैन नु मिलन आए हां जी आ नहीं नहीं ओदी अगर तुम मिल जाओ, अगर तुम मिल जाओ जनाना छोड़ दे। मेनू जनाना ओदा भी दिल खटा कर नहीं। अच्छा मम्मी कहां सुता ला नहीं नहीं मौत खूते चाहिए और ब्याह तो बाद रखे नहीं ना केले चौला तेरी बीवी है आप केला खा रहे हैं थोड़े सारी जिंदगी खाते तू चल खाला द्योर है तेरा आज साथ जिवें जेड़दा मिनद द्योर का भी हफ्ता घूमता ही केला खवाई जा रहे आप आड़ू खाएगा माशाल्लाह वेखो कित्थे तक खा रही है अच्छा मेरे वर्गी काली काली औलाद होवे ना ते आप प्यो घरो कढ़न दे आंदा चलो बाहर जाके खेडिया करो कदी सानू भी इंजॉय कर दे इहो जिहे मुंडे होण सोहणे सोहणे ते प्यो आप कहण दे आंदा ओए मरीज तू आहो यार इलाज करवाना है नहीं जेदी बीवी बहुत मोटी सी अच्छा अपनी बीवी कहता जानू सिसक सिसक के मरना सही होता है या एकदम वो कहती एकदम कहता वे दूजी लत भी मेरे ते ही रख दे भाभी जी मेरे लो तानू सुहाग रात दा पहला गिफ्ट बड़ा देता ही गिफ्ट इहदे नाल ते बाहर लोकी फड़ी फिरदे ने ओए उठ जे लोड पैनी है जी तानू काका तू अंदर जाके पानी गरम रख वेला वेखा कौन तेरा जिक्र हो रहा तू होना ते कक नहीं चाहिए बनाए ना बाजो मेनू बीमारी नहीं सर क्यों जी मेरी बीवी
मेरी बीवी बहुत बीमार है डॉक्टर साहब, मेरी बीवी नु ब्लैक कैंसर, ओदा एक बाजू भी नहीं है डॉक्टर साहब, अच्छा जी, ओदी एक लत भी नहीं है डॉक्टर साहब, ओदी एक आंख भी नहीं है डॉक्टर साहब, ओदे एक गुर्दा भी नहीं है। कीमा कथा करी फिरदा कीमा, ओ जे है की है फिर? मेरा कहने का मतलब है तू डॉक्टर है, हां तेरे को हर इलाज का मर्ज है, हां हर मर्ज का इलाज है मेरे को, हर इलाज का मर्ज है, हर इलाज का मर्ज, हां जी हां जी, हर मर्ज का इलाज है, हां डॉक्टर ये लकड़ का डॉक्टर। मेरी गल सुनो, अच्छा कुड़ी तेरी बीमार बीमार इथे लाया किराया ते मैं भरया ही आ, मैं डॉक्टर साहब ਤੁਸੀਂ ਹਰ ਬੰਦੇ ਨੂੰ ਸ਼ਫਾ ਦਿੰਦੇ, ਓਏ ਤੈਨੂੰ ਨਹੀਂ ਮਿਲਦੀ ਜਾਲੀ ਕਟਣ ਵਾਲੇ ਸ਼ਫਾ ਦੇ ਇੱਥੋਂ, ਓਏ ਸ਼ਫਾ ਨਹੀਂ ਦਿੰਦਾ ਸਿਰਫ ਜਗ੍ਹਾ ਦਿੰਦਾ ਹੀ, ਮੇਰੀ ਬੀਵੀ ਉਹਦੇ ਕੋਲ ਕੁਝ ਵੀ ਨਹੀਂ, ਤੇ ਕਿਉਂ ਵਿਆਹ ਕੀਤਾ ਜੀ? ਕੁਝ ਵੀ ਨਹੀਂ ਹੈਗਾ, ਰਾਤੀ ਮੈਂ ਆਪ 8000 ਦਿੱਤਾ ਕਹਿੰਦਾ ਕੁਝ ਵੀ ਨਹੀਂ ਹੈਗਾ, ਉਹ ਤੈਨੂੰ ਚਾਹੀਦਾ ਕੀ ਹੈ? ਔਰਤ ਚਾਹੀਦੀ ਹੈ ਗਿਆ, ਨਹੀਂ ਨਾ ਨਾ ਕਰਨਾ, ਨਹੀਂ ਡਾਕਟਰ, ਨਹੀਂ ਡਾਕਟਰ, ਯਾਰ ਜਦ ਮਤਲਬ ਹੈ ਇਹ ਬੀਵੀ ਓਏ ਭਾਈਆਂ ਨੇ ਤੇ ਇਲਾਜ ਕਰਾਉਣ ਨਹੀਂ ਆਇਆ, ਡਾਕਟਰ ਗਾਣਾ ਕਰਨ ਆਇਆ ਨੇ, ਔਰ ਚਾਹੀਦੀ? ਹਾਂਜੀ। ਕਿੰਨੇ ਪੈਸੇ ਲੱਗੇ ਤੇਰੇ ਵਿਆਹ? ਤੁਸੀਂ ਮੈਨੂੰ ਇਹ ਜਾਣ ਕੇ ਨਹੀਂ ਤੁਸੀਂ ਪੈ ਗਏ ਮਜ਼ਾਕ ਦੇ ਵਿੱਚ। ਹਾਂਜੀ ਮੇਰੇ ਸਾਲੇ ਜਿੱਡੇ ਦਲੇਰ ਨੇ ਮੂੰਹ ਨਾ ਖੋਤਾ ਚੁੱਕ ਲੈਂਦੇ ਨੇ, ਤੇਰੇ ਸਾਲੇ ਆਹੋ ਮੂੰਹ ਨਾ ਖੋਤਾ ਚੁੱਕ ਲੈਂਦੇ ਨੇ, ਆਹੋ ਚਲੋ ਚੁੱਕੋ ਮੈਨੂੰ, ਚੁੱਕੋ ਉਹ ਚੁੱਕਣ ਦੇ ਚੱਕਰ ਚ ਖੋਤਾ ਬਣ ਗਿਆ, ਅੱਲਾਹ ਫਲਾਣਾ ਬੁੱਢੀ ਦੇ ਸਾਹਮਣੇ ਨਾ ਦੱਸ ਮਾਮਾ, ਇਹ ਜਾਨਵਰ ਔਰ ਹੈ ਬਾਹਰ ਹੁੰਦਾ। ਮੈਂ ਕਿਹਾ ਛੱਡ ਛੱਡ ਕੰਮ ਦਾ, ਮੈਂ ਕਹਿੰਦਾ ਹੋਣੀ ਹੋਣੀ 6 ਬੰਦੇ ਨੇ, ਓਏ ਹੋਏ ਤਮੀਜ਼ ਨਾਲ ਅਗਲੇ ਦੀ ਬੀਵੀ ਹੈ ਤੇ ਨਾ ਕਰੋ। ਅੱਛਾ ਕਿਡੀਆਂ ਪਿਆਰੀਆਂ ਲੱਗ ਰਹੀਆਂ ਦੋਵੇਂ ਦਰਾਣੀਆਂ ਜਠਾਣੀਆਂ, ਮਿਹਰਬਾਨ ਆਹ ਐਸਾ ਆ ਜਾਏ ਦੱਸ ਮੈਨੂੰ ਕੋ ਦਵਾਈ ਦੇ ਦੇ, ਮੰਗਲ ਮੈਂ ਅੰਦਰ ਰੈਸਟ ਕਰਨਾ ਚਾਹਣਾ, ਮੰਗਲ ਮੰਗਲ ਕੋਣਾ ਫੇਰ ਆਉਣਾ ਚਾਹਣਾ ਡਾਕਟਰ ਸਾਹਿਬ, ਆ ਜਾਏ ਮੰਗਲ ਇੱਧਰ ਜਾ, ਇੱਧਰ ਮੈਂ ਨਰਸਾਂ, ਇੱਧਰ ਇੱਧਰ ਭਰੀਆਂ ਨੇ ਹੈ ਦੋ ਪਾਸੇ ਹੈ ਸਨ, ਤੇਰੀ ਮਾਂ ਲੈ ਗਈ ਹੈ ਮੇਰੇ ਕੋਲ ਡਾਕਟਰ ਸਾਹਿਬ, ਆਪਣਾ ਤੁਹਾਡੇ ਕੋਲ ਗਰੀਸ ਦਾ ਡੱਬਾ ਹੈ, ਉਹ ਕੀ ਕਰਨਾ ਹੈ? ਉਹ ਪਾਇਨਾ ਟੇਪ ਦੀਆਂ ਗਰਾਰੀਆਂ ਫਸ ਗਈ, ਬਤਮੀਜ਼ੀ ਨੇ ਗੱਲ ਨਹੀਂ ਲੈ ਕੇ ਤੁਰਿਆ, ਇਹ ਟੇਪ ਵਿੱਚ ਇਹਦਾ ਵੱਡੀਆਂ ਵੱਡੀਆਂ ਮਗੰਡੇ ਆ, ਹੁਣ ਸਾਨੂੰ ਮਿਹਨਤ ਤੇ ਖੈਰ ਕਰਨੀ ਜੀ ਭਾਈ ਜੀ, ਡਾਕਟਰ ਕੋਲ ਤੇ ਲਾ ਕੇ ਮਿੰਦੇ ਦੇ ਕੀ ਕਰੂ, ਕਪੜਾ ਉਹਦੇ ਕੋਲ ਨਹੀਂ ਨਾਉਣਾ ਕੋਈ, ਮੰਡ ਲੱਗਣੀ ਤੋਂ ਪਹਿਲਾਂ ਚਾਨੂ ਜੀ ਬੱਤੀਆਂ ਬੁਝਾ ਦਿਓ, ਬੁਝਾਉਂਦੇ ਆ ਮੈਂ ਬਾਅਦ ਵਿੱਚ ਲੱਗਾ, ਫਿਲਮ ਧੋਣੀ ਹੈ ਤੂੰ, ਓਏ ਤੁਸੀਂ ਜੇ ਇੱਥੇ ਸਮਾਂ ਨਾ ਤੇ ਚੁੱਪ ਕਰਕੇ ਖਮੋਸ਼ੀ ਨਾਲ ਆਪਣਾ ਆਪਣਾ ਅੱਛੀ ਤੇ ਲਾਟਾ ਬੰਦ ਕਰ ਦਿਓ, ਮੇਰੀ ਅੱਖ ਜਲਦੀ ਖੁੱਲ ਜਾਂਦੀ ਹੈ, ਮੇਰਾ ਗਰਗਰਾ ਜਿਹਾ ਹੀ ਕਰਨਾ ਹੈ, ਜਿਹਦੇ ਨਾਲ